ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ ਇਸ ਸ਼ੋਅ ਦੇ ਵਿੱਚ ਅਕਸਰ ਅਸੀਂ ਬਿਮਾਰੀਆਂ ਦੇ ਬਾਰੇ ਗੱਲਬਾਤ ਕਰਦੇ ਹਾਂ ਬਿਮਾਰੀਆਂ ਦੇ ਇਲਾਜ ਬਾਰੇ ਗੱਲਬਾਤ ਕਰਦੇ ਹਾਂ ਪਰ ਅੱਜ ਇਹ ਸ਼ੋਅ ਥੋੜਾ ਡਿਫਰੈਂਟ ਹੋਵੇਗਾ ਅੱਜ ਗੱਲਬਾਤ ਕਰਾਂਗੇ ਡਾਕਟਰਸ ਦੀ ਕੈਨੇਡਾ ਦੇ ਵਿੱਚ ਲਗਭਗ ਹਰ ਸੂਬੇ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਕਿ ਡਾਕਟਰਸ ਦੀ ਨਰਸਿਸ ਦੀ ਸ਼ੋਰਟੇਜ ਹੈ ਬਹੁਤ ਘੱਟ ਡਾਕਟਰ ਕੰਮ ਕਰ ਰਹੇ ਨੇ ਬਹੁਤ ਘੱਟ ਨਰਸਿਸ ਕੰਮ ਕਰ ਰਹੀਆਂ ਨੇ ਮੈਂਟਲ ਹੈਲਥ ਦੇ ਨਾਲ ਜੂਝ ਰਹੇ ਨੇ ਅਤੇ ਹੋਰ ਬਹੁਤ ਸਾਰੇ ਕਾਰਨ ਨੇ ਐਮਰਜੈਂਸੀ ਵਾਰਡ ਜਿਹੜੇ ਨੇ ਉਹ ਬੰਦ ਕਰਨ ਦੇ ਨੌਬਤ ਆ ਚੁੱਕੀ ਹੈ ਵੀਕਐਂਡਸ ਦੇ ਉੱਤੇ ਐਮਰਜੈਂਸੀ ਵਾਰਡ ਕਈ ਸੂਬਿਆਂ ਦੇ ਵਿੱਚ ਬੰਦ ਹੈਗੇ ਨੇ ਸ਼ਾਮਾਂ ਨੂੰ ਬੰਦ ਹੈਗੇ ਨੇ ਸੋ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪੈ ਰਹੀਆਂ ਨੇ ਹੁਣ ਇਹ ਪ੍ਰੋਬਲਮ ਕਿੰਨੀ ਕੁ ਜ਼ਿਆਦਾ ਵੱਧ ਸਕਦੀ ਹੈ ਕਿੰਨੀ ਕੁ ਘੱਟ ਸਕਦੀ ਹੈ ਕੀ ਹੋਵੇਗਾ ਆਉਣ ਵਾਲਾ ਸਮਾਂ ਅੱਜ ਦੀ ਮੌਜੂਦਾ ਸਥਿਤੀ ਕੀ ਹੈ ਇਸ ਬਾਰੇ ਗੱਲਬਾਤ ਕਰਾਂਗੇ ਡਾਕਟਰ ਪ੍ਰਗਟ ਸਿੰਘ ਪੁਰਜੀ ਦੇ ਨਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ ਅੱਜ ਇਸ ਸ਼ੋਅ ਦੇ ਵਿੱਚ ਕਿਸੇ ਬਿਮਾਰੀ ਵਾਲੀ ਗੱਲ ਨਹੀਂ ਕਰਨੀ ਕਿਸੇ ਰਿਸਰਚ ਬਾਰੇ ਗੱਲ ਨਹੀਂ ਕਰਨੀ ਇਸ ਜਿਹੜੇ ਸ਼ੋਅ ਦੇ ਵਿੱਚ ਗੱਲ ਕਰਾਂਗੇ ਡਾਕਟਰਸ ਦੀ ਸ਼ੋਰਟੇਜ ਦੇ ਬਾਰੇ ਕੈਨੇਡਾ ਦੇ ਵਿੱਚ ਕਹਿ ਸਕਦੇ ਹਾਂ ਇੱਕ ਤਰ੍ਹਾਂ ਦੀ ਹਾਹਾਕਾਰ ਮੱਚੀ ਹੋਈ ਹੈ ਡਾਕਟਰ ਨਹੀਂ ਮਿਲ ਰਹੇ ਹੈਲਥ ਪ੍ਰੋਫੈਸ਼ਨਲ ਨਹੀਂ ਮਿਲ ਰਹੇ ਐਮਰਜੈਂਸੀ ਵਾਰਡ ਤੱਕ ਬੰਦ ਕਰਨੇ ਪੈ ਰਹੇ ਨੇ ਅੱਗੇ ਸਿਚੁਏਸ਼ਨ ਕੀ ਹੋਏਗੀ ਮੌਜੂਦਾ ਸਥਿਤੀ ਕੀ ਹੈ ਕੀ ਕਹਿ ਰਹੇ ਨੇ ਸਾਡੇ ਜਿਹੜੇ ਸਪੈਸ਼ਲਿਸਟ ਹੈਗੇ ਨੇ ਗੱਲਬਾਤ ਕਰਨ ਦੇ ਲਈ ਅੱਜ ਮੇਰੇ ਨਾਲ ਨੇ ਡਾਕਟਰ ਪ੍ਰਗਟ ਸਿੰਘ ਪੁਰਜੀ ਆਓ ਗੱਲ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਮੇਰੇ ਬੱਚੇ ਅਰਸ਼ਦੀਪ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਵਾਲੇਕੁਮ ਕਿਮ ਸ਼ੋ ਕਸਾਏ ਸਲੋ ਬੰਜੁਰ ਬਿਊਨਿਸ ਡਾਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਅਸੀਂ ਹਮੇਸ਼ਾ ਡਿਸੀਜ਼ਸ ਬਾਰੇ ਗੱਲ ਕਰਦੇ ਹਾਂ ਆਪਣੇ ਨੂੰ ਹੈਲਥੀ ਕਿਵੇਂ ਰੱਖਣਾ ਬਿਮਾਰੀਆਂ ਤੋਂ ਕਿਵੇਂ ਬਚਾਉਣਾ ਪਰ ਜਦੋਂ ਬਿਮਾਰੀਆਂ ਤੋਂ ਅਸੀਂ ਘਰੇ ਬਚਾ ਨਹੀਂ ਕਰ ਸਕਦੇ ਸਾਨੂੰ ਲੋੜ ਪੈਂਦੀ ਹੈ ਡਾਕਟਰਸ ਦੀ ਇਸੇ ਕਰਕੇ ਡਾਕਟਰਸ ਹੁੰਦੇ ਆ ਤਾਂ ਇੱਕ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਤੇ ਦੂਜਾ ਰੂਪ ਡਾਕਟਰਸ ਨੂੰ ਕਿਹਾ ਜਾਂਦਾ ਜੀ ਜੀ ਕਿ ਅਸੀਂ ਜਦੋਂ ਡਾਕਟਰ ਕੋਲ ਜਾਂਦੇ ਆ ਤੇ ਸ਼ਾਇਦ ਅਸੀਂ ਬਚ ਸਕੀਏ ਸਾਨੂੰ ਇਲਾਜ ਮਿਲ ਸਕੇ ਹਾਂਜੀ ਪਰ ਕੈਨੇਡਾ ਦੇ ਵਿੱਚ ਅਸੀਂ ਹੈਲਥ ਸਿਸਟਮ ਜਦੋਂ ਦੇਖਦੇ ਆ ਇੱਕ ਤਰ੍ਹਾਂ ਦੇ ਨਾਲ ਕੋਲੈਪਸ ਹੋ ਸਕਦਾ ਥੋੜੇ ਟਾਈਮ ਦੇ ਵਿੱਚ ਕਿਉਂਕਿ ਜਦੋਂ ਹੈਲਥ ਦੀ ਗੱਲ ਆਉਂਦੀ ਹੈ ਤੇ ਹੁਣ ਡਾਕਟਰਸ ਤੇ ਪ੍ਰੋਫੈਸ਼ਨਲਸ ਦੀ ਘਾਟ ਜਿਹੜੀ ਬਣੀ ਹੋਈ ਹੈ ਤੁਹਾਨੂੰ ਕੀ ਲੱਗਦਾ ਮੌਜੂਦਾ ਸਥਿਤੀ ਕੀ ਹੈ ਮੌਜੂਦਾ ਸਥਿਤੀ ਜਿਹੜੀ ਹੈਗੀ ਨਾ ਕੋਵਿਡ ਨੇ ਬਹੁਤ ਸਾਨੂੰ ਟਿਪ ਆਫ ਕਰ ਦਿੱਤਾ ਕੋਵਿਡ ਦੇ ਦੌਰਾਨ ਦੇਖੋ 2 ਸਾਲ ਜਿਹੜੇ ਹਸਪੀਟਲਸ ਸੀ ਸਾਰੀਆਂ ਇਲੈਕਟਿਵ ਸਰਜਰੀਜ਼ ਬੰਦ ਕਰਨੀਆਂ ਪਈਆਂ ਵਾਰਡਸ ਕਨਵਰਟ ਕਰਨੇ ਪਏ ਬੜਾ ਲੋਡ ਪਿਆ ਬਹੁਤ ਸਾਰੇ ਐਡਮਿਸ਼ਨਸ ਹੋਏ ਆਈ ਸੀ ਯੂ ਐਡਮਿਸ਼ਨਸ ਹੋਏ ਮੌਤਾਂ ਵੀ ਹੋਈਆਂ ਕਰੀਬਨ 11-12% ਕੈਨੇਡੀਅਨ ਨੂੰ ਕੋਵਿਡ ਹੋ ਹਟਿਆ ਔਰ ਬਹੁਤ ਸਾਰੇ ਐਡਮਿਸ਼ਨਸ ਹੋਏ ਤਾਂ ਵੀ ਸਾਡੀ ਕੰਟਰੀ ਕੋਵਿਡ ਦੇ ਵਿੱਚ ਕੇਅਰ ਦੇ ਵਿੱਚ ਵਧੀਆ ਰਹੀ ਹੁਣ ਸਾਡਾ ਕੈਨੇਡਾ ਦੇ ਵਿੱਚ ਹੈਗਾ ਯੂਨੀਵਰਸਲ ਹੈਲਥ ਕੇਅਰ ਵੀ ਤੁਹਾਨੂੰ ਜੇਬ ਤੋਂ ਪੈਸੇ ਨਹੀਂ ਖਰਚਣੇ ਪੈਣੇ ਜਿਹੜੇ ਮਰਜ਼ੀ ਸੂਬੇ 'ਚ ਰਹਿੰਦੇ ਆ ਤੁਹਾਨੂੰ ਹੈਲਥ ਕੇਅਰ ਫਰੀ ਆਫ ਕੋਸਟ ਮੁਹੱਈਆ ਕਰਵਾਈ ਜਾਏਗੀ ਬੀ ਸੀ ਜੇ ਤੁਸੀਂ ਪਹਿਲਾਂ ਐੱਮ ਐੱਸ ਪੀ ਪੇਮੈਂਟ ਕਰਦੇ ਸੀ ਹੌਲੀ ਹੌਲੀ ਉਹ ਵੀ ਹੁਣ ਉਹਨਾਂ ਨੇ ਵੇਵ ਆਫ ਕਰ ਦਿੱਤੀਆਂ ਜੀ ਸੋ ਗੱਲ ਪ੍ਰੋਬਲਮ ਇਹ ਹੁੰਦੀ ਆ ਵੀ ਹਰ ਇੱਕ ਸਿਸਟਮ ਜਿਹੜਾ ਹੈਗਾ ਉਹ ਪਰਫੈਕਟ ਕੋਈ ਨਹੀਂ ਹੋ ਨਾ ਯੂ ਕੇ ਦਾ ਸਿਸਟਮ ਨਾ ਅਮੈਰੀਕਾ ਦਾ ਨਾ ਕੈਨੇਡਾ ਦਾ ਨਾ ਹਿੰਦੁਸਤਾਨ ਦਾ ਲੇਕਿਨ ਹਿੰਦੁਸਤਾਨ ਦੇ ਵਿੱਚ 1.3 ਬਿਲੀਅਨ ਤੋਂ ਜਿਹੜੇ ਬਹੁਤ ਐਲੀਟ ਰਿਚ ਕਲਾਸ ਆ ਉਹ ਪ੍ਰਾਈਵੇਟ ਹੈਲਥ ਕੇਅਰ ਉਹਨਾਂ ਨੂੰ ਮਿਲ ਜਾਂਦੀ ਆ ਪ੍ਰਾਈਵੇਟ ਇੰਸ਼ੋਰੈਂਸ ਵੀ ਜਿਹੜਾ ਮਿਡਲ ਕਲਾਸ ਆ ਉਹ ਕਦੀ ਕਦਾਰ ਵਿਚਾਰਾ ਪ੍ਰਾਈਵੇਟ ਚਲੇ ਜਾਂਦਾ ਕਦੀ ਕਦਾਰ ਉਹ ਗਰੀਬਾਂ ਮੰਗਰ ਹੋਸਪਿਟਲ ਜਿਹੜੇ ਰੈਗੂਲਰ ਹੋਸਪਿਟਲ ਆ ਉੱਥੇ ਜਾਂਦਾ ਲੇਕਿਨ ਜਿਹੜਾ ਗਰੀਬ ਕਲਾਸ ਆ ਉਹ ਬਹੁਤ ਸਫ਼ਰ ਕਰਦਾ ਹਿੰਦੁਸਤਾਨ 'ਚ ਇੱਥੇ ਉਹ ਨੌਬਤ ਨਹੀਂ ਸੀ ਕਿਉਂਕਿ ਸਾਡਾ ਯੂਨੀਵਰਸਲ ਹੈਲਥ ਕੇਅਰ ਸੀ ਭਾਵੇਂ ਜੇ ਤੁਸੀਂ ਰਾਜਾ ਹੋ ਰੰਕ ਹੋ ਤੁਹਾਨੂੰ ਸੇਮ ਹੀ ਕੇਅਰ ਮਿਲਦੀ ਆ ਔਰ ਟੋਮੀ ਡਗਲਸ ਜਿਨ੍ਹਾਂ ਨੇ ਆਈਡੀਆ ਲੈ ਕੇ ਆਉਂਦਾ ਸੀ ਵਿਨੀਪੈਗ ਤੋਂ ਵੀ ਸਾਰਿਆਂ ਨੂੰ ਇੱਕੋ ਜਿਹੀ ਕੇਅਰ ਮਿਲਣੀ ਚਾਹੀਦੀ ਬਹੁਤ ਵਧੀਆ ਸੀ ਹੁਣ ਇੱਕ ਬਿਲਡਿੰਗ ਆ ਨਾ ਉਹਦਾ ਜਿਹੜਾ ਨੀਂਹ ਹੈਗੀ ਆ ਉਹ ਮਜ਼ਬੂਤ ਹੋਣੀ ਚਾਹੀਦੀ ਅਗਰ ਬਿਲਡਿੰਗ ਦੀ ਨੀਂਹ ਮਜ਼ਬੂਤ ਨਹੀਂ ਤਾਂ ਬਿਲਡਿੰਗ ਡਾਵਾਂਡੋਲ ਹੋਊਗੀ ਸੋ ਜਿਹੜਾ ਨੀਂਹ ਹੈਗੀ ਆ ਜਿਹੜੀ ਫਾਊਂਡੇਸ਼ਨ ਉਹ ਹੈਗੀ ਆ ਫੈਮਿਲੀ ਡਾਕਟਰ ਫੈਮਿਲੀ ਡਾਕਟਰ ਦਾ ਸਹੀ ਹੋਣਾ ਟਾਈਮ 'ਤੇ ਆਉਣਾ ਦੇਖਣਾ ਉਹ ਬੜੇ ਸਾਰੀ ਚੀਜ਼ਾਂ ਨੂੰ ਪ੍ਰੀਵੈਂਟ ਕਰਦਾ ਵੀ ਤੁਹਾਨੂੰ ਐਮਰਜੈਂਸੀ ਜਾਣ ਦੀ ਲੋੜ ਹੀ ਨਹੀਂ ਪਵੇ ਤੁਹਾਨੂੰ ਗਾਂ ਤੁਹਾਡੀ ਡਿਜ਼ੀਜ਼ ਨਾ ਵਧੇ ਇਸ ਵੇਲੇ ਜਿਹੜੇ ਅੰਕੜੇ ਮੈਂ ਬ੍ਰਿਟਿਸ਼ ਕੋਲੰਬੀਆ ਦੇ ਦੱਸਦਾ ਅਗਰ ਸਮਝੋ 100 ਫੈਮਿਲੀ ਡਾਕਟਰ ਰਜਿਸਟਰਡ ਆ ਉਹਦੇ 'ਚੋਂ ਸਿਰਫ 65 ਕੰਮ ਕਰ ਰਹੇ 35 ਨਹੀਂ ਕਰ ਰਹੇ ਜਿਹਨਾਂ ਕੋਲ ਲਾਇਸੈਂਸ ਵੀ ਆ ਜਿਹੜੇ ਰਜਿਸਟਰਡ ਵੀ ਆ ਪੂਰੀ ਟ੍ਰੇਨਿੰਗ ਵੀ ਲੈ ਚੁੱਕੇ ਆ ਔਰ ਉਹਦੇ ਵੱਖ ਵੱਖ ਰੀਜ਼ਨ ਆ ਪਹਿਲਾ ਰੀਜ਼ਨ ਹੈਗਾ ਵੀ ਫੈਮਿਲੀ ਡਾਕਟਰ ਦਾ ਫੀਸ ਸਟਰਕਚਰ ਜਿਹੜਾ ਹੈਗਾ ਉਹ ਇੰਨਾ ਵਧੀਆ ਨਹੀਂ ਆ ਉਹਨਾਂ ਨੂੰ $33 ਮਿਲਦੇ ਆ ਭਾਵੇਂ ਪੇਸ਼ੈਂਟ 10 ਮਿੰਟ ਲਾ ਲਵੇ ਭਾਵੇਂ ਘੰਟਾ ਲੱਗੇ ਹੈ ਨਾ ਹੁਣ ਦੇਖੋ ਫੈਮਿਲੀ ਡਾਕਟਰ ਨੇ ਐਸੇ ਬਿਜ਼ਨਸ ਰਨ ਕਰਨਾ ਉਹਦੇ ਕੋਲ 1-2 ਸਟਾਫ ਵੀ ਹੈਗਾ ਉਹਦਾ ਪੇਪਰ ਵਰਕ 35% ਹੁੰਦਾ ਜਿਹੜਾ ਕਲੈਰੀਕਲ ਵਰਕ ਉਹਨੂੰ ਕਰਨਾ ਪੈਂਦਾ ਉਹਨੇ ਲੀਸ ਵੀ ਪੇ ਕਰਨੀ ਆ ਜਿਹੜੇ ਰੈਂਟ ਹੈਗਾ ਕਲੀਨਿਕ ਦਾ ਅਤੇ ਉਹਦਾ ਟੇਕ ਹੋਮ ਕੀ ਰਹੂਗਾ ਕੁਛ ਵੀ ਨਹੀਂ ਰਹਿੰਦਾ ਸੋ ਇਸ ਲਈ ਬਹੁਤ ਸਾਰੇ ਫੈਮਿਲੀ ਡਾਕਟਰ ਬਿਲਡਰ ਬਣ ਗਏ ਬਿਲਕੁਲ ਬਿਲਕੁਲ ਉਹ ਲੋਟਸ ਬਣਾਉਣ ਲੱਗ ਪਏ ਕੰਸਟਰਕਸ਼ਨ 'ਚ ਚਲੇ ਗਏ ਉਹਨਾਂ ਨੇ ਦੂਜਾ ਪ੍ਰੋਫੈਸ਼ਨ ਜਿਹੜਾ ਹੈਗਾ ਉਹ ਜੁਆਇਨ ਕਰਨਾ ਸ਼ੁਰੂ ਕਰਤਾ
ਕੁਛ ਇੱਕ ਜਿਹੜੇ ਹੈਗੇ ਆ ਕੋਵਿਡ ਕਰਕੇ ਉਹ ਟਾਇਰਡ ਹੋ ਗਏ, ਐਗਜ਼ੌਸਟਿਡ ਹੋ ਗਏ, ਉਹ ਕਹਿੰਦੇ ਵੀ ਅਸੀਂ ਥੋੜ੍ਹਾ ਰੈਸਟ ਲੈਣਾ। ਸੋ ਇੱਕ ਤਾਂ ਜਿਹੜਾ ਸਾਡਾ 35% ਪੂਲ ਹੈ ਜਿਹੜਾ ਫੁੱਲੀ ਲਾਇਸੈਂਸਡ ਹੈ, ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦੁਬਾਰਾ ਵਰਕਫੋਰਸ 'ਚ ਲੈ ਕੇ ਆਉਣਾ ਚਾਹੀਦਾ। ਓਨਟੇਰੀਓ ਦੇ ਵਿੱਚ, ਅਲਬਰਟਾ ਦੇ ਵਿੱਚ ਜਿਹੜਾ ਫੈਮਿਲੀ ਡਾਕਟਰ ਆ ਉਹਨਾਂ ਦਾ ਪੇਇੰਗ ਸਕੇਜੂਅਲ ਡਿਫਰੈਂਟ ਆ। ਅਗਰ 10 ਮਿੰਟ ਲੱਗਦੇ ਉਹਨਾਂ ਨੂੰ ਇੱਕ ਅਮਾਊਂਟ ਮਿਲੂਗੀ, 15 ਮਿੰਟ ਲੱਗਦੇ ਅਮਾਊਂਟ ਵਧੂਗੀ, 20 ਮਿੰਟ ਲੱਗਦੇ ਅਮਾਊਂਟ ਵਧੂਗੀ। ਸੋ ਕਿਤੇ ਨਾ ਕਿਤੇ BC 'ਚ ਵੀ ਇਹ ਕਰਨਾ ਚਾਹੀਦਾ। ਨਾਲੇ ਜਿਹੜੇ ਉਹਨਾਂ ਦੇ ਓਵਰ ਹੈਡ ਹੈਗੇ ਆ ਉਹਦੇ ਲਈ ਕੁਛ ਨਾ ਕੁਛ ਪ੍ਰੋਵੀਜ਼ਨ ਹੋਣੀ ਚਾਹੀਦੀ ਆ। ਡਿਜੀਟਲਾਈਜ਼ ਕਰਨਾ ਚਾਹੀਦਾ ਤਾਂ ਕਿ ਪੇਪਰ ਵਰਕ ਦੇ ਮਗਰ ਪੂਰਾ 35% ਟਾਈਮ ਫੈਮਿਲੀ ਡਾਕਟਰ ਉਹਦੇ ਉੱਤੇ ਨਾ ਖਰਾਬ ਕਰੇ। ਦੂਜਾ ਹੁਣ ਇਸ਼ੂ ਹੈਗਾ ਲਾਈਸੈਂਸਿੰਗ ਦਾ। ਹੁਣ ਮੇਰਾ ਲਾਈਸੈਂਸ BC ਦਾ ਹੈਗਾ, ਮੈਂ ਸਮਝੋ ਓਨਟੇਰੀਓ 'ਚ ਕੰਮ ਕਰਨਾ, ਮੈਨੂੰ ਸਾਰਾ ਪੇਪਰ ਵਰਕ ਭੇਜਣਾ ਪੈਣਾ, ਉਹ ਪ੍ਰੋਸੈਸਿੰਗ ਟਾਈਮ ਆ, ਦੇ ਤਾਂ ਦੇਣਗੇ ਲੇਕਿਨ ਪ੍ਰੋਸੈਸਿੰਗ ਟਾਈਮ ਹੈ ਜਿਹੜਾ। ਕਿਤੇ ਨਾ ਕਿਤੇ ਸਾਨੂੰ ਯੂਨੀਵਰਸਲ ਕੈਨੇਡੀਅਨ ਲਾਈਸੈਂਸ ਕ੍ਰੀਏਟ ਕਰਨਾ ਚਾਹੀਦਾ ਵੀ ਪੂਰੇ ਕੈਨੇਡਾ 'ਚ ਉਹ ਲਾਈਸੈਂਸ ਜਿਹੜਾ ਲਾਗੂ ਹੋਵੇ। ਹੁਣ ਇਹ ਕਿਉਂ ਨਹੀਂ ਹੋ ਪਾਉਂਦਾ? ਕਿਉਂਕਿ ਕਈ ਪ੍ਰੋਵਿੰਸ ਜਿਹੜੇ ਹੈਗੇ ਆ ਉਹਦੇ 'ਚੋਂ ਡਾਕਟਰ ਦੀ ਇੰਨੀ ਸ਼ੋਰਟੇਜ ਹੁੰਦੀ ਅਜੇ ਵੀ ਹੈਗੀ ਆ, ਖਾਸ ਕਰਕੇ ਸਪੈਸ਼ਲਿਸਟ ਦੇ, ਸੋ ਉਹਨਾਂ ਨੂੰ ਬਾਹਰਲੀ ਕੰਟਰੀ ਤੋਂ ਮੰਗਾਉਣੇ ਪੈਂਦੇ ਆ। ਸੋ ਵਿਨੀਪੈਗ, ਮੈਨੀਟੋਬਾ, ਜਿਹੜੇ ਸਾਡੇ ਨਿਊਫਲੈਂਡ ਆ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਨਿਊ ਬ੍ਰੰਸਵਿਕ, ਸੋ ਉਹਨਾਂ ਨੂੰ ਉਹ ਟੈਂਪਰਰੀ ਲਾਈਸੈਂਸ ਦਿੰਦੇ ਆ ਵੀ ਤੁਸੀਂ 2 ਸਾਲ 5 ਸਾਲ ਇਸ ਹੈਲਥ ਰੀਜਨ 'ਚ ਕੰਮ ਕਰਨਾ, ਵੀ ਤੁਹਾਡੀ ਅਸੀਂ ਦੇਖਿਆ ਸੀ ਟ੍ਰੇਨਿੰਗ ਠੀਕ ਆ, ਹਾਲਾਂਕਿ ਕੈਨੇਡੀਅਨ ਟ੍ਰੇਨਿੰਗ ਨਹੀਂ ਆ ਲੇਕਿਨ ਸਾਡੇ ਕੋਲ ਕੈਨੇਡੀਅਨ ਟ੍ਰੇਨਿੰਗ ਵੀ ਟ੍ਰੇਨਡ ਬੰਦਾ ਵੀ ਨਹੀਂ ਹੈਗਾ ਜਾਂ ਜਨਾਨੀ ਨਹੀਂ ਹੈਗੀ, ਸੋ ਉਹਨਾਂ ਨੂੰ ਕੰਡੀਸ਼ਨਲ ਲਾਈਸੈਂਸ ਮਿਲਦਾ। ਸੋ ਉਹ ਫਿਰ ਜਿਹੜਾ ਇਸ਼ੂ ਬਣਦਾ ਵੀ ਜਿਹਨੂੰ ਕੰਡੀਸ਼ਨਲ ਮਿਲਦਾ ਚਲੋ ਠੀਕ ਹੈ ਉਹਨੂੰ ਕੰਡੀਸ਼ਨਲ ਰਹਿਣ ਦਿਓ, ਲੇਕਿਨ ਜਿਹਦੇ ਕੋਲ ਫੁੱਲ ਲਾਈਸੈਂਸ ਹੈਗਾ ਉਹਨੂੰ ਤਾਂ ਪੂਰਾ ਕੈਨੇਡੀਅਨ ਵੈਲਿਡ ਕਰੋ। ਇਸ ਹਿਸਾਬ ਦੇ ਨਾਲ ਨਾ ਕਈ ਜਗ੍ਹਾ 'ਚ ਪ੍ਰੋਬਲਮ ਹੈਗੀ ਹੈ, ਜਿੱਦਾਂ ਤੁਸੀਂ ਜ਼ਿਕਰ ਕਰਦੇ BC ਦੇ ਵਿੱਚ 1 ਮਿਲੀਅਨ ਲੋਕਾਂ ਕੋਲ ਫੈਮਿਲੀ ਡਾਕਟਰ ਨਹੀਂ ਜਾਓ, ਮੀਨਸ 20% ਜਿਹੜੀ ਆਵਾਮ ਆ ਉਹ ਬਿਨਾਂ ਫੈਮਿਲੀ ਡਾਕਟਰ ਤੋਂ ਤੁਰੀ ਫਿਰਦੀ ਆ। ਫਿਰ ਉਹ ਕਿੱਥੇ ਜਾਂਦੇ ਆ? ਵਾਕਿਨ ਕਲੀਨਿਕ। ਵਾਕਿਨ ਕਲੀਨਿਕ ਦਾ ਟਾਈਮ BC ਦੇ ਵਿੱਚ 75 ਮਿੰਟ ਹੈ ਐਵਰੇਜ, ਵੀ ਐਵਰੇਜ 75 ਮਿੰਟ ਲੱਗਣੇ ਆ। ਹੁਣ ਲੋਕਾਂ ਦੀ ਦਿਹਾੜੀ ਖਰਾਬ ਹੁੰਦੀ ਆ, ਫਿਰ ਸ਼ਾਮਾਂ ਨੂੰ ਵਾਕਿਨ ਕਲੀਨਿਕ ਖੁੱਲ੍ਹੀਆਂ ਨਹੀਂ ਹੁੰਦੀਆਂ, ਉਹ ਸਵੇਰੇ ਆਪਣਾ ਜਿਹੜੇ ਪੇਸ਼ੈਂਟ ਦੇਖਣੇ ਦੇਖ ਕੇ ਫਿਰ ਦੁਪਹਿਰ ਤਲ ਲੱਗ ਗਿਆ, PVR ਕਲੋਜ਼ਡ। ਉਹ ਹੁਣ ਵਿਅਕਤੀ ਕਿੱਥੇ ਜਾਊਗਾ? ਉਹ ਐਮਰਜੈਂਸੀ 'ਚ ਜਾਊਗਾ, ਐਮਰਜੈਂਸੀ 'ਚ ਆਲਰੇਡੀ ਕਲੋਗਿੰਗ ਹੋਈ ਹੋਈ ਆ, ਉਹ ਫਿਰ 6 ਘੰਟੇ ਬੈਠ ਕੇ ਦੁਖੀ ਹੋ ਕੇ ਘਰ ਆਊਗਾ। ਐਮਰਜੈਂਸੀ 'ਚ ਉਦੋਂ ਜਾਣਾ ਚਾਹੀਦਾ ਵੀ ਜਦੋਂ ਵਾਕਈ ਕੋਈ ਬੋਡੀ ਨੂੰ ਐਮਰਜੈਂਸੀ ਹੈ, ਵੀ ਜਿਹਦੀ ਆਪਾਂ ਵੇਟ ਨਹੀਂ ਕਰ ਸਕਦੇ ਇੱਕ ਅੱਧਾ ਦਿਨ ਹੋਏ, ਅਗਰ ਕਿਸੇ ਨੱਕ ਵਗਦਾ, ਕੰਨ ਦੁੱਖਦਾ, ਬੁਖਾਰ ਹੋਇਆ, ਹੈ ਨਾ, ਉਹ ਐਮਰਜੈਂਸੀ ਨਹੀਂ ਹੁੰਦੀ। ਕਿਸੇ ਨੂੰ ਸਾਹ ਨਹੀਂ ਆ ਰਿਹਾ, ਕਿਸੇ ਨੂੰ ਹਾਰਟ ਅਟੈਕ ਹੋਇਆ, ਕਿਸੇ ਨੂੰ ਅਪੈਂਡਿਕਸ ਹੋਇਆ, ਕਿਸੇ ਨੂੰ ਸੱਟ ਪਿੱਟ ਲੱਗੀ, ਉਹ ਐਮਰਜੈਂਸੀ ਆ। ਸੋ ਡਾਕਟਰ ਜਿਹੜੇ ਐਮਰਜੈਂਸੀ ਵਾਲੇ ਉਹ ਪਹਿਲਾਂ ਉਹ ਪੇਸ਼ੈਂਟ ਦੇਖਣਗੇ, ਫਿਰ ਇਹ ਪੇਸ਼ੈਂਟ ਬੈਕਲੋਗ 'ਤੇ ਹੁੰਦੇ ਆ। ਸੋ ਸਾਡਾ ਫੈਮਿਲੀ ਡਾਕਟਰ ਦਾ ਸਟਰਕਚਰ ਇੰਪਰੂਵ ਕਰਨਾ ਚਾਹੀਦਾ। ਤੀਜੀ ਗੱਲ ਜਿਹੜੀ ਅਰਸ਼ ਦੀ ਹੈਗੀ ਆ ਉਹ ਹੈਗੀ ਆ ਫੋਰਨ ਟ੍ਰੇਨ ਡਾਕਟਰ। BC 'ਚ ਨਾ 5000 ਫੋਰਨ ਡਾਕਟਰ ਟ੍ਰੇਨ ਡਾਕਟਰ ਜਿਹੜਾ ਤੁਰਿਆ ਫਿਰਦਾ, ਜਿਹਨਾਂ ਕੋਲ ਲਾਇਸੈਂਸ ਨਹੀਂ ਆ, ਔਰ ਉਹਨਾਂ ਨੇ ਆਪਣੇ ਇਗਜ਼ਾਮ ਵੀ ਬਕਾਇਦਾ ਪਾਸ ਕੀਤੇ, ਜਿਹੜੇ ਸਾਡੇ ਕੈਨੇਡੀਅਨ ਇਗਜ਼ਾਮ ਨੂੰ ਇਕੁਇਲੈਂਸੀ ਵਾਸਤੇ ਹੁੰਦੇ ਆ, ਜਿਹਨੂੰ ਕੁਆਲੀਫਾਈਂਗ ਇਗਜ਼ਾਮ ਕਹਿੰਦੇ ਜਾਂ ਲਾਇਸੈਂਸਿੰਗ ਇਗਜ਼ਾਮ। ਸਮੱਸਿਆ ਹੈਗੀ ਆ ਟ੍ਰੇਨਿੰਗ ਦੀ, ਵੀ ਤੁਹਾਡੇ ਕੋਲ ਕੈਨੇਡੀਅਨ ਟ੍ਰੇਨਿੰਗ ਨਹੀਂ ਹੈਗੀ, ਉਹਨੂੰ ਕਹਿੰਦੇ ਰੈਸੀਡੈਂਸੀ। ਹੁਣ ਫੈਮਿਲੀ ਡਾਕਟਰ ਵਾਸਤੇ 2 ਸਾਲ ਦੀ ਰੈਸੀਡੈਂਸੀ ਹੈਗੀ ਆ, ਸਪੈਸ਼ਲਿਸਟ ਵਾਸਤੇ ਮਿਨੀਮਮ 4 ਸਾਲ ਜਾਂ ਵਧੇਰੇ। ਹੁਣ ਟ੍ਰੇਨਿੰਗ ਪੋਜੀਸ਼ਨ ਜਿਹੜੇ ਫੋਰਨ ਮੈਡੀਕਲ ਗ੍ਰੈਜੂਏਟ ਉਹਨਾਂ ਦੇ ਲਈ ਬੜੀ ਲਿਮਿਟਿਡ ਹੈਗੀ ਆ, 5000 ਦੇ ਵਿੱਚ ਅਗਰ 12 ਟ੍ਰੇਨਿੰਗ ਪੋਜੀਸ਼ਨ ਆ ਅਤੇ ਬਾਕੀ ਤਾਂ ਰਹਿ ਗਏ ਨਾ, ਉਹ ਹਰ ਸਾਲ ਫਿਰ ਵਿਚਾਰੇ ਰਹੀ ਜਾਂਦੇ, ਉਹ ਕੀ ਕਰਦੇ ਆ? ਉਹ ਟਰੱਕ ਚਲਾਉਣ ਲੱਗ ਪਏ, ਊਬਰ ਚਲਾਉਣ ਲੱਗ ਪਏ, ਪੀਜ਼ਾ ਡਿਲੀਵਰੀ ਕਰਨ ਲੱਗ ਪਏ, ਬਿਜ਼ਨਸ ਕਰਨ ਲੱਗ ਪਏ, ਉਹ ਹੌਲੀ ਹੌਲੀ ਵਰਕਫੋਰਸ ਤੋਂ ਨਿਕਲੀ ਜਾਂਦੇ ਆ। ਸਾਨੂੰ ਜਿਹੜੇ ਫੋਰਨ ਟ੍ਰੇਨ ਡਾਕਟਰ ਜਿਨ੍ਹਾਂ ਦੇ ਇਗਜ਼ਾਮ ਕਲੀਅਰਡ ਹੈਗੇ ਆ, ਉਹਨਾਂ ਨੂੰ ਫਾਸਟ ਟਰੈਕ ਦੇ ਵਿੱਚ ਲੈ ਕੇ ਜਾਣਾ ਚਾਹੀਦਾ, ਬਜਾਏ ਕਿ 2 ਸਾਲ ਦੀ ਉਹਨਾਂ ਨੂੰ 12 ਹਫ਼ਤੇ 16 ਹਫ਼ਤੇ ਚਲੋ 6 ਮਹੀਨੇ ਦਾ ਫਾਸਟ ਟਰੈਕ ਕੋਰਸ ਦੇ ਵਿੱਚੋਂ ਲੰਘਣਾ ਚਾਹੀਦਾ, ਤਾਂ ਕਿ ਉਹਨਾਂ ਨੂੰ ਆਪਾਂ ਵਰਕਫੋਰਸ 'ਤੇ ਲੈ ਕੇ ਆ ਸਕੀਏ। ਹੁਣ ਸਿਰਫ ਜਿਹੜਾ ਫੈਮਿਲੀ ਡਾਕਟਰ ਆ ਜਾਂ ਸਪੈਸ਼ਲਿਸਟ ਆ ਉਹਦੇ ਕਰਕੇ ਹੈਲਥ ਕੇਅਰ ਸਿਸਟਮ ਨਹੀਂ ਚੱਲਦਾ, ਨਾਲ ਨਰਸਿਸ ਚਾਹੀਦੀਆਂ, ਸਪੋਰਟਿੰਗ ਸਟਾਫ ਚਾਹੀਦਾ। ਔਰ ਤੁਸੀਂ ਹੈਰਾਨ ਹੋ ਗਏ ਅਰਸ਼ ਦੀ, ਵੀ 80% ਨਰਸਿਸ ਨੇ ਰਿਪੋਰਟ ਕੀਤਾ ਵੀ ਉਹ ਨਾ ਖੁਸ਼ ਨੇ ਆਪਣੇ ਕੰਮ ਤੋਂ। ਅਸੀਂ ਡਾਕਟਰ ਸਾਹਿਬ ਦੇਖਿਆ ਕਿ ਪੈਂਡੈਮਿਕ ਦੇ ਟਾਈਮ ਦੇ ਉੱਤੇ ਅਸੀਂ ਥਾਲੀਆਂ ਖੜਕਾਉਂਦੇ ਰਹੇ, ਚਮਕਿੱਚੇ ਖੜਕਾਉਂਦੇ ਰਹੇ, ਅਸੀਂ ਬੈਨਰਸ ਵੀ ਕਈਆਂ ਦੇ ਘਰਾਂ ਦੇ ਵਿੱਚ ਦੇਖੇ ਹੈਗੇ ਕਿ ਅਸੀਂ ਉਹਨਾਂ ਨੂੰ ਸਲਿਊਟ ਕਰਦੇ ਹਾਂ, ਉਹਨਾਂ ਦੇ ਨਾਲ ਹੈਗੇ ਹਾਂ, ਪਰ ਸਿਰਫ ਇਕੱਲੇ ਪੈਂਡੈਮਿਕ ਦੇ ਟਾਈਮ ਦੇ ਉੱਤੇ। ਪੈਂਡੈਮਿਕ ਤੋਂ ਬਾਅਦ ਕਿਸੇ ਨੇ ਪੁੱਛਿਆ ਕਿ ਡਾਕਟਰਸ ਦਾ ਉਹਨਾਂ ਨਰਸਿਸ ਦਾ ਕੀ ਹਾਲ? ਵਰਕਲੋਡ ਇੰਨਾ ਪਿਆ, ਦੇਖੋ ਨਰਸ ਦੀ 12 ਘੰਟੇ ਸ਼ਿਫਟ ਆ, ਕਈ ਕਈ ਨਰਸਾਂ ਨੂੰ 18-18 ਘੰਟੇ 24-24 ਘੰਟੇ ਦੀ ਸ਼ਿਫਟ ਕਰਨੀ ਪਈ ਕਿਉਂਕਿ ਮੈਨ ਪਾਵਰ ਨਹੀਂ ਸੀ।
ਅਸੀਂ ਦੇਖੋ ਮੈਡੀਸਿਨ 'ਚ ਮੈਂ ਬਿਜ਼ਨਸ ਫੈਮਿਲੀ ਤੋਂ ਹੈਗਾ, ਮੇਰੇ ਸਾਰੇ ਜਿਹੜੇ ਕਜ਼ਨਸ ਹੈਗੇ ਮੇਰੇ ਤੋਂ ਜ਼ਿਆਦਾ ਪੈਸਾ ਕਮਾਉਂਦੇ ਆ ਬੰਬੇ, ਰਾਈਟ? ਉਹ ਨਹੀਂ ਸੀ ਦ ਰੀਜ਼ਨ ਅਸੀਂ ਮੈਡੀਸਿਨ 'ਚ, ਕੰਪੈਸ਼ਨ ਕਰਕੇ। ਹੁਣ ਇੱਕ ਮੈਂ ਟਰਮ ਤੁਹਾਡੇ ਲਈ ਲੈ ਕੇ ਆ ਰਿਹਾ, ਉਹਦਾ ਨਾਮ ਹੈਗਾ ਕੰਪੈਸ਼ਨ ਫਟੀਗ। ਵੀ ਅਸੀਂ ਆਪਣੇ ਦਿਲੋਂ ਮੁਹੱਬਤ ਕਰਦੇ ਹਾਂ ਆਪਣੇ ਕੰਮ ਦੇ ਨਾਲ, ਅਸੀਂ ਚਾਹੁੰਦੇ ਹਾਂ ਵੀ ਰੋਗੀ ਦਾ ਰੋਗ ਅਸੀਂ ਕੱਟੀਏ, ਉਹਨੂੰ ਮੁਹੱਬਤ ਕਰੀਏ, ਉਹਨੂੰ ਪਿਆਰ ਦੇ ਨਾਲ ਦੇਖੀਏ, ਲੇਕਿਨ ਕਿਤੇ ਨਾ ਕਿਤੇ ਸਾਡਾ ਸਰੀਰ ਔਰ ਮਨ ਵੀ ਐਗਜ਼ੌਸਟ ਹੋ ਰਿਹਾ, ਫਟੀਗ ਹੋ ਰਿਹਾ। ਸੋ ਬਹੁਤ ਸਾਰੀ ਨਰਸਿਸ ਜਿਹੜੀਆਂ ਹੈਗੀਆਂ, 25% ਤੋਂ ਜ਼ਿਆਦਾ ਤਾਂ ਨਰਸਿਸ ਵਰਕਫੋਰਸ ਛੱਡ ਚੁੱਕੀਆਂ ਨੇ। ਉਹ ਕਹਿੰਦੇ ਅਸੀਂ ਨਹੀਂ ਹੁਣ ਕੋਪ ਕਰ ਸਕਦੇ ਹਾਂ। ਕਈ ਜਿਹੜੇ ਡਾਕਟਰ ਐਮਰਜੈਂਸੀ 'ਚ ਕੰਮ ਕਰਦੇ ਸੀ ਉਹ ਨਹੀਂ ਕੰਮ ਕਰ ਰਹੇ, ਉਹ ਕਹਿੰਦੇ ਵੀ ਪੂਰਾ ਐਮਰਜੈਂਸੀ ਭਰਿਆ ਪਿਆ, ਕੋਰੀਡੋਰਸ 'ਤੇ ਪੇਸ਼ੈਂਟ ਸਟ੍ਰੈਚਰ 'ਚ ਪਏ ਆ, ਮੈਂ ਜਾ ਕੇ ਬਾਹਰ ਕਾਰ ਦੇ ਵਿੱਚ ਪੇਸ਼ੈਂਟ ਚੈੱਕ ਕਰ ਰਹੀ ਹਾਂ ਉਹਦੇ ਕਾਰ ਦੇ ਵਿੱਚ, ਵੀ ਇਹ ਮੈਂ ਨਹੀਂ ਦੇਖ ਸਕਦੀ। ਇੱਕ ਓਨਟੇਰੀਓ ਦੀ ਐਮਰਜੈਂਸੀ ਦੀ ਬਹੁਤ ਨਾਮਵਰ ਡਾਕਟਰ ਜਿਨ੍ਹਾਂ ਨੇ ਬੜਾ ਰੀਸਰਚ ਵੀ ਕੀਤਾ ਉਹ ਛੱਡ ਗਏ। ਸੋ ਸਾਨੂੰ ਇਹਦੇ ਵਿੱਚ ਨਾ ਫੈਡਰਲ ਔਰ ਪ੍ਰੋਵਿੰਸ਼ੀਅਲ ਜਿਹੜੇ ਜੁਰਿਸਡਿਕਸ਼ਨ ਦੋਵਾਂ ਨੂੰ ਕੰਮ ਕਰਨਾ ਚਾਹੀਦਾ। ਇਸ ਵੇਲੇ ਜਿਹੜੇ ਟ੍ਰਾਂਸਫਰ ਪੇਮੈਂਟਸ ਉਹ 22% ਆ, ਹੈ ਨਾ? ਸੋ ਪ੍ਰੀਮੀਅਰਸ ਕਹਿੰਦੇ ਆ 35% 'ਚ ਜਾਣਾ ਚਾਹੀਦਾ। ਸੋ ਮਾਨਯੋਗ ਪ੍ਰਧਾਨ ਮੰਤਰੀ ਆਨਰੇਬਲ ਜਸਟਿਨ ਟਰੂਡੋ ਜੀ, ਥੋੜ੍ਹੇ ਪੈਸੇ ਜ਼ਿਆਦਾ ਭੇਜੋ, ਔਰ ਸਾਨੂੰ ਹਰ ਇੱਕ ਪ੍ਰੋਵਿੰਸ ਨੂੰ ਇੱਕ ਟਾਸਕ ਫੋਰਸ ਬਣਾਉਣੀ ਚਾਹੀਦੀ ਹੈ ਵੀ ਜਿਹੜੀ ਇਹਨੂੰ ਓਵਰਸੀ ਕਰੇ। ਦੇਖੋ ਗੱਲ ਹੈਗੀ ਆ ਵੀ ਸਮੱਸਿਆ ਹੈਗੀ ਆ, ਲੇਕਿਨ ਸਮੱਸਿਆ ਦੇ ਸੋਲਿਊਸ਼ਨ ਵੀ ਹੈਗਾ। ਸੋਲਿਊਸ਼ਨ ਆਪਾਂ ਕੱਢ ਸਕਦੇ ਹਾਂ, ਅਸੀਂ ਬੜੇ ਵਿਕਸਿਤ ਕੰਟਰੀ ਹੈਗੇ ਹਾਂ। ਸੋ ਇੱਕ ਡਾਇਲੋਗ ਚਾਹੀਦਾ ਡਾਕਟਰਾਂ ਦੇ ਨਾਲ, ਹੈਲਥ ਮਿਨਿਸਟਰ ਦੇ ਨਾਲ, ਅਤੇ ਜਿਹੜੇ ਇਹਦੇ ਵਿੱਚ ਹੋਰ ਕਮੇਟੀਜ਼ ਆ ਉਹਨਾਂ ਦੇ ਨਾਲ। ਹਰ ਸਮੱਸਿਆ ਦਾ ਸੋਲਿਊਸ਼ਨ ਹੁੰਦਾ, ਔਰ ਇਹ ਸਮੱਸਿਆ ਦਾ ਸੋਲਿਊਸ਼ਨ ਵੀ ਹੋਊਗਾ, ਲੇਕਿਨ ਅਜੇ ਥੋੜਾ ਟਾਈਮ ਲੱਗੂਗਾ। ਮੈਂ ਦੇਖ ਰਿਹਾ ਵੀ ਅਜੇ ਤਾਂ ਸਿਚੁਏਸ਼ਨ ਸਟਾਰਟ ਹੋਈ ਆ, ਅਜੇ ਥੋੜੀ ਖਰਾਬ ਹੋ ਕੇ ਫਿਰ ਠੀਕ ਹੋਣੀ ਆ। ਤੁਹਾਨੂੰ ਕੀ ਲੱਗਦਾ ਬਹੁਤ ਖਰਾਬ ਹੋਣੀ ਆ, ਕਿਉਂਕਿ ਐਮਰਜੈਂਸੀ ਵਾਰਡ ਕੋਈ ਵੀਕਐਂਡ ਤੇ ਬੰਦ ਹੈ, ਕੋਈ ਸ਼ਾਮ ਨੂੰ 2-3 ਘੰਟੇ ਬੰਦ ਹੈ। ਕਿਸੇ ਪ੍ਰੋਵਿੰਸ ਦੇ ਵਿੱਚ ਦੇਖਦੇ ਆ ਕਿ ਉੱਥੇ ਬਿਲਕੁਲ ਹੀ ਬੰਦ ਕਰ ਦਿੱਤੇ ਗਏ ਨੇ। ਹੁਣ ਲੋਕਾਂ ਨੂੰ ਜੇ ਕੋਈ ਪ੍ਰੋਬਲਮ ਆ, ਉਹ ਕਿੱਥੇ ਜਾਣਗੇ? ਕੀ ਉਹ ਬਿਮਾਰੀ ਦੇ ਨਾਲ ਹੀ ਮਰ ਜਾਣਗੇ? ਕੀ ਬਹੁਤ ਜ਼ਿਆਦਾ ਕ੍ਰਾਈਸਿਸ ਆਉਣ ਵਾਲਾ, ਥੋੜਾ ਕ੍ਰਾਈਸਿਸ ਆਉਣ ਵਾਲਾ? ਕੀ ਹੱਲ ਤੁਸੀਂ ਦੱਸ ਦਿੱਤੇ ਨੇ? ਸੋ ਕਿਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਸਾਨੂੰ ਤਿਆਰ ਰਹਿਣਾ ਚਾਹੀਦਾ? ਦੇਖੋ, ਓਨਟੇਰੀਓ 'ਚ ਬਹੁਤ ਸਾਰੇ ਜਿਹੜੇ ਰੀਜਨਲ ਹੋਸਪਿਟਲ ਸੀ ਨਿੱਕੇ ਇਲਾਕਿਆਂ 'ਚ, ਉਹਨਾਂ ਦੇ ਵਿੱਚ ਤੁਸੀਂ ਜਿੱਦਾਂ ਕਰ ਰਹੇ ਵੀ ਸ਼ਾਮ ਨੂੰ ਐਮਰਜੈਂਸੀਜ਼ ਬੰਦ ਆ ਜਾਂ ਵੀਕਐਂਡ 'ਚ ਬੰਦ ਆ, ਲੌਂਗ ਵੀਕਐਂਡ 'ਚ ਬੰਦ ਆ, 14 ਮਤਲਬ ਏਰੀਆ ਸੀ। ਸੋ ਉਹਨਾਂ ਨੂੰ 30-45 ਮਿੰਟ ਫਿਰ ਡਰਾਈਵ ਕਰਕੇ ਹੋਰ ਜਗ੍ਹਾ ਜਾਣਾ ਪੈਂਦਾ, ਹੈ ਨਾ? ਕਈ ਵਾਰ ਇੱਕ ਐਮਰਜੈਂਸੀ ਦੇ ਵਿੱਚ ਉਹਨਾਂ ਟਾਈਮ ਬਹੁਤ ਲੀਥਲ ਹੋ ਸਕਦਾ। ਦੂਜੀ ਗੱਲ ਹੈਗੀ ਆ ਵੀ ਜਿਹੜਾ ਮੈਨ ਪਾਵਰ ਇਸ਼ੂ ਆ, ਸਾਨੂੰ ਐਡਰੈਸ ਕਰਨਾ ਪੈਣਾ। ਸਿਰਫ ਫਿਜ਼ੀਸ਼ੀਅਨ ਨਹੀਂ ਹੈਗਾ, ਨਰਸਿੰਗ ਵੀ ਹੈਗਾ। ਸੋ ਸਾਨੂੰ ਹਿੰਦੁਸਤਾਨ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਜਾਂ ਹੋਰ ਐਥਨਿਕ ਜਿਹੜੇ ਲੋਕ ਰਹਿੰਦੇ ਆ, ਫਿਲੀਪੀਨਸ ਤੋਂ, ਵੀਟਨਾਮ ਤੋਂ, ਉੱਥੋਂ ਵੀ ਨਰਸਿਸ ਲੈ ਕੇ ਆਉਣੀ ਚਾਹੀਦੀਆਂ। ਉਹਨਾਂ ਨੂੰ ਫਾਸਟ ਟਰੈਕ 'ਚ ਸਾਨੂੰ ਆਪਣੇ ਵਰਕਫੋਰਸ 'ਚ ਲੈ ਕੇ ਆਉਣਾ ਚਾਹੀਦਾ। ਅਸੀਂ ਅਮੀਰ ਮੁਲਕ ਹੈਗੇ ਹਾਂ, ਫਸਟ ਵਰਲਡ ਕੰਟਰੀ, ਪੈਸੇ ਹੈਗੇ ਆ, ਲੇਕਿਨ ਸਾਨੂੰ ਸਹੀ ਦਿਸ਼ਾ 'ਚ ਲੈ ਕੇ ਉਹਨੂੰ ਸਹੀ ਅਮਾਊਂਟ 'ਚ ਸਹੀ ਟਾਈਮ 'ਤੇ ਖਰਚਣੇ ਚਾਹੀਦੇ ਆ। ਦੂਜੀ ਜਿਹੜੀ ਗੱਲ ਹੈਗੀ ਆ ਵੀ ਜਿਹੜਾ ਵੀ ਸਾਡਾ ਲਾਇਸੈਂਸਡ ਫਿਜ਼ੀਸ਼ੀਅਨ ਹੈਗਾ, ਉਹਨੂੰ ਰਿਟੇਨ ਕਰਨ ਦੀ ਕੋਸ਼ਿਸ਼ ਕਰੋ ਵੀ ਉਹ ਆਪਣਾ ਜੌਬ ਚੇਂਜ ਨਾ ਕਰੇ, ਹੈ ਨਾ? ਬਹੁਤ ਦੁੱਖ ਹੁੰਦਾ ਵੀ ਇੰਨੀ ਪੜ੍ਹਾਈ ਕਰਕੇ ਫਿਰ ਤੁਸੀਂ ਬਿਲਡਰ ਬਣ ਗਏ। ਸੋ ਇਹ ਜਿਹੜੀ ਗੱਲਾਂ ਜਿਹੜੀਆਂ ਕਿਉਂ ਹੋ ਰਹੀਆਂ, ਕਿਉਂਕਿ ਉੱਥੇ ਸਟ੍ਰੈਸ ਘੱਟ ਆ, ਉੱਥੇ ਪੈਸੇ ਜ਼ਿਆਦਾ, ਇੱਥੇ ਸਟ੍ਰੈਸ ਜ਼ਿਆਦਾ ਫੈਮਿਲੀ ਪ੍ਰੈਕਟਿਸ 'ਚ ਔਰ ਪੈਸੇ ਘੱਟ ਆ। ਮੈਂ ਸਪੈਸ਼ਲਿਸਟ ਹੈਗਾ, ਮੇਰੇ ਉੱਤੇ ਵੀ ਥੋੜ੍ਹਾ ਬਹੁਤ ਸਟ੍ਰੈਸ ਹੈਗਾ ਵਰਕਲੋਡ ਦਾ, ਬਟ ਇੰਨਾ ਨਹੀਂ ਆ। ਜਿਹੜੇ ਫੈਮਿਲੀ ਡਾਕਟਰ ਆ, ਉਹ ਤਾਂ ਮਤਲਬ ਪੂਰੀ ਫੈਮਿਲੀ ਨੂੰ ਜਾਣਦੇ ਆ, ਤੁਹਾਡੇ ਬਚਪਨ ਤੋਂ ਲੈ ਕੇ ਵਧੇਰੀ ਉਮਰ ਤੱਕ ਤੁਹਾਡੀ ਟੇਕ ਕੇਅਰ ਕਰ ਰਹੇ ਹੁੰਦੇ ਆ। ਸੋ ਸਾਨੂੰ ਫੈਮਿਲੀ ਡਾਕਟਰ ਨੂੰ ਸੁਰਜੀਤ ਰੱਖਣ ਵਾਸਤੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਬਿਲਕੁਲ ਜੀ, ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ, ਲੋਕਾਂ ਨੂੰ ਵੀ ਆਪਣਾ ਫਰਜ਼ ਸਮਝਣਾ ਚਾਹੀਦਾ ਕਿ ਕਦੋਂ ਐਮਰਜੈਂਸੀ ਜਾਣਾ ਹੈ, ਕਦੋਂ ਨਹੀਂ ਜਾਣਾ। ਸੋ ਕੁੱਲ ਮਿਲਾ ਕੇ ਸਾਰਿਆਂ ਦਾ ਕਲੈਕਟਿਵ ਫਰਜ਼ ਬਣਦਾ। ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਕੀ ਹੁੰਦਾ ਹੈ, ਪਰ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਅਰਸ਼ੀ, ਥੈਂਕ ਯੂ। ਹੈਲਥ ਕੇਅਰ ਦੀ ਸਮੱਸਿਆ ਤਾਂ ਹੈ, ਪ੍ਰੋਫੈਸ਼ਨਲ ਦੀ ਸਮੱਸਿਆ ਤਾਂ ਹੈ। ਇਹ ਸਮੱਸਿਆ ਕਿੰਨੀ ਕੁ ਵਧੇਗੀ, ਕਿੰਨੀ ਕੁ ਘਟੇਗੀ, ਸਰਕਾਰ ਕਿਹੜੇ ਕਿਹੜੇ ਕਦਮ ਚੁੱਕੇਗੀ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਉਨਾ ਟਾਈਮ ਅਸੀਂ ਆਪਣਾ ਧਿਆਨ ਰੱਖੀਏ, ਆਪਣਿਆਂ ਦਾ ਧਿਆਨ ਰੱਖੀਏ, ਆਪਣੀ ਹੈਲਥ ਦਾ ਧਿਆਨ ਰੱਖੀਏ। ਤੁਹਾਡਾ ਸਾਡਾ ਰੱਬ ਰਾਖਾ।